115 ਬੋਰ ਪਿਸਤੌਲ ਦੇ ਨਾਲ ਨੌਜਵਾਨ ਕਾਬੂ। ਦੇਖੋ ਦਲਜੀਤ ਅਜਰੋਹਾ ਦੀ ਖਾਸ ਰਿਪੋਰਟ। ਜੀ ਸਰ, ਸੀ ਏ ਸਟਾਫ ਹੁਸ਼ਿਆਰਪੁਰ ਵੱਲੋਂ ਕੱਲ੍ਹ ਇੱਕ ਨਾਕਾਬੰਦੀ ਦੇ ਦੌਰਾਨ ਲਵਪ੍ਰੀਤ ਨੂੰ ਫੜਿਆ। ਉਹਦੇ ਕੋਲੋਂ ਇੱਕ 315 ਬੋਰ ਦਾ ਦੇਸੀ ਪਿਸਤੌਲ ਜਿਹੜਾ ਹੈਗਾ ਉਹ ਮਿਲਿਆ ਹੈਗਾ, ਔਰ ਇੱਕ 15 ਗ੍ਰਾਮ ਉਹਦੇ ਕੋਲੋਂ ਹੈਰਾਨ ਮਿਲੀ ਹੈਗੀ ਹੈ। ਇਸ ਸੰਬੰਧ 'ਚ ਅਸੀਂ ਕੇਸ ਰਜਿਸਟਰ ਕੀਤਾ ਹੈਗਾ, ਔਰ ਕੇਸ ਰਜਿਸਟਰ ਕਰਕੇ ਉੱਥੋਂ ਪੁੱਛਗਿੱਛ ਅਸੀਂ ਕਰ ਰਹੇ ਹਾਂ, ਅਤੇ ਦੋਸ਼ੀ ਦਾ ਜਿਹੜਾ ਰਿਮਾਂਡ ਹੈ ਉਹ ਅਸੀਂ ਲੈ ਰਹੇ ਹਾਂ। ਥੈਂਕ ਯੂ।